हाँ जी भाई जी, सारे सत श्रीकाल जी। संदीप डेयरी फार्म जी तुहाड़ा बहुत बहुत वेलकम है जी। आदि अपनी विजिट हैगी है जी, पिंड मत्तेवाल जी, जिला अमृतसर पैंदा, तहसील बाबा बकाला पैंदी है जी। अज फिर आप भाई निम्मे होने को आए जी, आप अगे बहुत सारी वीडियो बनाई पाई हुई जी, आप वधिया पशु होंगे जी, तो रेट भी बिल्कुल जायज ही करते बई होने। अज फिर ना कुछ पशु सेल है जी, तो हूँ बई इन्हें गलबात करिए, इन्हें प्राइस की आ, तो की मिलक रिकॉर्ड आ जी। उस तो पहले जी रिक्वेस्ट करना तुम्हें पहलों कि जोड़े भीर पहले पहली वीडियो वेख रहे हैं, उन्होंने भीर रिक्वेस्ट है कि अपने चैनल में सबसक्राइब कर जी, तो घंटे बड़े जू दबान ता कि नई वीडियो आ सके। भी जी एक होर रिक्वेस्ट आ, इतने आओ एक टाइम दो टाइम चवाई करो, तो पासवर्ड लैके जाओ। मेरा भी जी हर तुम्हें एको सवाल होंगे कि दो टाइम की चवाई तो गबड़ो पासवर्ड लैके जाओ। तो हम बाई जी ने गलबात करते हैं, तो वीडियो शुरू करते हैं। हाँ जी बाई जी, सत श्री अकाल जी। सत श्री अकाल जी। ਹੋਰ ਬਾਈ ਜੀ ਠੀਕ ਠਾਕ ਜੀ? ਬੜੀ ਚੜ੍ਹਦੀ ਕਲਾ ਜੀ। ਤੇ ਗਏ ਨਹੀਂ ਯਾਤਰਾ ਦੇ ਹਜੇ ਜੀ? ਇਹ ਸਵੇਰੇ ਜਾਣਾ ਯਾਤਰਾ ਨਹੀਂ ਸੰਦੀਪ ਸਿੰਘ, ਆਪਾਂ ਨਾ ਹਰ ਸਾਲ ਸੇਵਾ ਤੇ ਜਾਈਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ, ਬਾਬਾ ਸ਼ਹੀਦੀ ਬਾਗ ਨਾ। ਹਾਂਜੀ ਹਾਂਜੀ ਹਾਂਜੀ, ਇਹ ਹਰ ਸਾਲ ਜਾਈਦਾ ਵਾ ਹਫਤੇ ਘਾਟ। ਠੀਕ ਹੈ ਜੀ, ਚਲੋ ਇਦਾਂ ਆ ਵੀ ਸਾਰੀ। ਹਾਂ ਬਿਲਕੁਲ ਜੀ, ਬਿਲਕੁਲ ਗੱਲਦਾ ਮੈਂ ਵੀ ਕੰਮ ਧੰਦਾ ਹੀ ਕਰ। ਜ਼ਰੂਰੀ ਬਾਜੀ, ਜ਼ਰੂਰੀ ਬਿਲਕੁਲ। ਚਲੋ ਮਿਲ ਕੇ ਗੱਲਦਾ ਮੈਂ ਵੀ, ਰੱਬ ਦਾ ਵੀ ਸ਼ੁਕਰਾਨਾ ਕਰਨਾ ਚਾਹੀਦਾ ਜਿੰਨੇ ਸਾਨੂੰ ਇੰਨਾ ਕੁਝ। ਸਹੀ 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 ਗੱਲ ਬਾਜੀ, ਸਹੀ ਗੱਲ ਹੈ। ਚਲੋ ਉਦਾਂ ਦੇ ਜਾਈਦਾ ਬਾਬੇ ਸ਼ਹੀਦੀ ਨੰਬਰ ਸਰ। ਹਾਂਜੀ ਹਾਂਜੀ, ਹਫਤੇ ਬਾਅਦ ਦਾ ਹੀ ਬੰਦਰੇ ਦੇ। ਠੀਕ ਹੈ ਜੀ, ਜਾਈਦਾ ਵਾ ਬਿਲਕੁਲ ਜੀ। ਹਾਂਜੀ, ਮਿਲ ਕੇ ਗੱਲ ਇਦਾਂ ਹੁੰਦੀ ਹੈ, ਮੈਂ ਹਰ ਸਾਲ ਹੀ ਮਿਲ ਕੇ ਮੈਨੂੰ ਜਾਂਦਿਆਂ ਨੂੰ ਮਿਲ ਕੇ ਹੋ ਗਿਆ ਬਾਬਾ 10-15 ਸਾਲ ਹੀ, ਇਹ ਨਾਲਪੁਰ ਸਾਹਿਬ ਸ਼ਹੀਦੀ ਬਾਗ ਬਾਬੇ ਗੁਰਦੇਵ ਸੋਹਣੇ। ਠੀਕ ਹੈ ਜੀ, ਮੈਂ ਜਾਈਦਾ ਸੇਵਾ ਦੇ। ਠੀਕ ਹੈ ਜੀ, ਬੜੀ ਕਿਰਪਾ ਹੁੰਦੀ। ਚਲੋ ਕਿਰਪਾ ਰੱਖੀ, ਮਾਲੇ ਨੇ ਦਿੱਤਾ ਵਾ ਵੀ ਇਦਾਂ ਵਾ ਵੀ ਪ੍ਰਸ਼ਾਦਾ ਪਾਣੀ ਦੇ ਆ, ਵਧੀਆ ਛਕਣੇ। ਹਾਂਜੀ ਹਾਂਜੀ ਬਾਜੀ, ਹਾਂਜੀ ਇਤਪਤ ਦਿੱਤੀ ਹੈ ਮਾਂ। ਬਿਲਕੁਲ ਬਾਜੀ ਬਿਲਕੁਲ, ਵੱਡੀ ਗੱਲ ਇਹ ਆ ਵੀ ਜਦੋਂ ਸਵੇਰੇ ਉੱਠੀ ਦਾ ਸ਼ਾਮੀ ਸੌਂਦੀ ਦਾ ਮਹਾਰਾਜ ਇਤਪਤ ਰੱਖੀ। ਇਹ ਹਾਂ ਸਹੀ ਗੱਲ ਹੈ ਜੀ, ਪਰਿਵਾਰ ਸੁਖ ਸ਼ਾਂਤੀ ਬਖਸ਼ੀ, ਚਲੋ ਰੱਬ ਸਾਰਾ ਕੁਝ ਵਧੀਆ ਦਿਆ ਵਾ। ਬਿਲਕੁਲ ਹਾਂਜੀ ਹਾਂ, ਕੰਮ ਮਿਲ ਕੇ ਮਾਲ ਡੰਗਰ ਦਾ ਕਰਕੇ ਵੇਚ ਕੇ ਇਹਦੇ ਗੱਲ ਦਾ ਪ੍ਰਸ਼ਾਦਾ ਪਾਣੀ ਵਧੀਆ ਛਕਣੇ ਆ। ਤੇ ਅੱਜ ਫਿਰ ਕਿੰਨੀਆਂ ਜੀ? ਵੀ ਅੱਜ ਸਾਡੇ ਕੋਲ ਮਈਆਂ ਹੈਗੀਆਂ ਵਾ 4 ਸੂਈਆਂ। ਹਾਂਜੀ, ਤੇ 6-7 ਸੂਆਂ ਵਾਲੀਆਂ। ਠੀਕ ਹੈ ਜੀ, ਮਤਲਬ ਜਿੰਨੀਆਂ ਦੁੱਧ ਵਾਲੀਆਂ 11-12 ਪਸ਼ੂ ਹੈਗੇ ਲੈਣ ਲੱਗੀ ਪੂਰੀ। ਬਿਲਕੁਲ ਚਾਹੀਦਾ ਹੈ, ਪ੍ਰਸ਼ਾਦਾ ਪਾਣੀ ਵਧੀਆ ਦਿੱਤਾ। ਬਿਲਕੁਲ ਦਿੱਤਾ ਜੀ, ਜਿਹੜਾ ਬੰਦਾ ਗੰਦ ਕਹਿੰਦਾ ਮੈਂ ਤੇ ਉਹਦੀ ਸੋਚ ਚੰਗੀ ਨਹੀਂ ਕਰਦਾ। ਹਾਂਜੀ ਹਾਂਜੀ ਸਹੀ, ਕਹਿੰਦਾ ਫਲਾਣੇ ਨੇ ਵੀਡੀਓ ਪਾਈ ਆ। ਹਾਂਜੀ, ਤੇ ਉਹਨੇ ਕਿਹੜੀਆਂ ਮਈਆਂ ਸਵਾਦੀਆਂ ਪਾਈਆਂ, ਗੰਦ ਦੀ ਪਾਈ ਆ। ਹਾਂਜੀ ਹਾਂ, ਨਹੀਂ ਸਾ ਮੈਂ ਨਹੀਂ ਇਹਨਾਂ ਨੂੰ, ਨਾ ਨਾ ਬਾਜੀ ਗੰਦ ਕਾਹਦੋਂ ਕਹਿਣਾ ਜੀ, ਬਿਲਕੁਲ ਸਹੀ ਗੱਲ ਹੈ ਜੀ। ਜਿਹੜਾ ਕਹਿੰਦਾ ਵਾ ਨਾ ਉਹਨੇ ਫਿਰ ਡੰਗਰ ਨਾ ਰੱਖੇ ਹੋਣਗੇ। ਹਾਂਜੀ ਹਾਂਜੀ ਹਾਂਜੀ, ਉਹਦੀ ਚਲੋ ਗੱਲ ਇਦਾਂ ਵਾ ਵੀ ਆਪਣੀ ਸੋਚ ਉਹ ਗੰਦ। ਬਿਲਕੁਲ ਬਾਜੀ, 10,000 ਵਾਲੀ ਮੱਝ ਉਹਨੂੰ ਪਰੀ ਜਾਂਦਾ ਵਾ, ਪਰੀਆਂ ਪਰੀਆਂ। ਬਿਲਕੁਲ ਜੀ, ਬਿਲਕੁਲ ਪ੍ਰਸ਼ਾਦਾ ਬੜਾ ਵਧੀਆ ਦੇਣ ਲੀਆਂ। ਹਾਂਜੀ ਹਾਂਜੀ, ਜਿਹੜਾ ਬੰਦਾ ਗੰਦ ਕਹਿੰਦਾ ਚਲੋ ਉਹਦੀ ਆਪਣੀ ਸੋਚ ਆ, ਸੋਚ ਆ ਜੀ, ਆਪਾਂ ਤੇ ਨਹੀਂ। ਸਹੀ ਸਹੀ ਗੱਲ ਬਾਜੀ, ਚਾਹ ਮੰਨਦੀ ਸਹੀ ਗੱਲ ਹੈ ਜੀ। ਤੇ ਚਲੋ ਚਲਾਈਏ ਕੰਮ। ਹਾਂਜੀ, ਇਹਦੇ ਬਾਰੇ ਦੱਸੋ ਜੀ ਪਹਿਲਾਂ। ਇਹ ਸੰਦੀਪ ਸਿੰਘ ਮੀਨੀ ਝੋਟੀ ਦੂਜਾ ਸੁਗਾ ਵਾ, ਮੀਨੀ ਝੋਟੀ ਦੂਜਾ ਸੁਗਾ। ਠੀਕ ਹੈ ਨਾ, 12 ਕਿਲੋ ਦੁੱਧ ਝੋਟੀ ਨਿਕਲਦਾ, ਚੋਣ ਚਵਾਲੀ ਜਿਆਦੀ ਚੰਗੀ ਹੈ। ਵਾਹ ਜੀ ਵਾਹ, ਆ ਦੇਖੋ ਜੀ, ਜਿਆਦੀ ਚੋਣ ਚਾਲ ਚੰਗੀ, ਜਿਆਦੀ ਸਿੰਘ ਸੰਗ ਦੀ ਕੁਆਲਿਟੀ ਝੋਟਾਂ ਵੀ ਬਹੁਤ ਜਿਆਦੀ ਚੰਗੀ ਹੈ। ਖੋਲੋ ਜੀ ਇਹਨੂੰ, ਆ ਦੇਖੋ ਜੀ ਥਣ ਦੇਖੋ ਜੀ, ਆ ਦੇਖੋ ਲਾਟੂ ਮਾਰ ਕੇ ਥਣਾ ਜੀ, ਤੇ ਟਾਈਮ ਲੈ ਜੂ ਹਜੇ। ਸੰਦੀਪ ਸਿੰਘ ਦਿਹਾੜੀ ਦਾ ਦਿਹਾੜੀ ਨਾਲ ਸਿੰਘ ਤੋਂ ਹਿਲਦੇ ਜੀ? ਹੈ ਨਹੀਂ ਹਿਲਦੇ, ਨਹੀਂ ਹਿਲਦੇ। ਹਾਂਜੀ ਹਾਂ, ਆ ਦੇਖੋ ਜੀ, ਬਿਲਕੁਲ ਆ ਦੇਖੋ ਜੀ, ਆ ਦੇਖੋ। ਤੇ ਬਾਜੀ ਫਿਰ ਕਿੰਨਾ ਦੁੱਧ ਕਰੂਗੀ ਜੀ ਐਤ ਕੀ? ਫਿਰ 14 ਕਿਲੋ ਹੈ ਜੀ। ਵਾਹ ਜੀ, ਆ ਦੇਖੋ ਜੀ, ਠੀਕ ਹੈ ਜੀ, ਆ ਦੇਖੋ ਜੀ, ਆ ਦੇਖੋ ਜੀ, ਆ ਦੇਖੋ ਜੀ, ਚੱਕਦੇ ਫਟੇ ਮੀਨੇ ਦੇ ਸ਼ੋਕੀ ਹੋ, ਬਿਲਕੁਲ ਜੀ, ਬਿਲਕੁਲ ਭਾਜੀ। ਹਾਂਜੀ, ਚੰਗੀ ਸੇਵਾ ਕਰੂਗਾ ਨਾ, ਬਿਲਕੁਲ ਜੀ, ਫਿਰ ਤੇ 14-15 ਕਿਲੋ ਕੱਢੂਗੀ। ਹਾਂਜੀ, ਜੇ ਹੁਣ ਉਹਨੂੰ ਕਈ ਬੰਦੇ ਮਹੀਨੇ ਦੀ ਮੈਂ ਖੜੀ ਆ। ਹਾਂਜੀ, ਤੇ ਮੈਂ ਉਹਨੂੰ ਫੋਨ ਕਰ ਦਿੰਦੇ ਭਾਜੀ ਦੁੱਧੋ ਕੱਢ ਗਈ ਆ। ਹਾਂਜੀ, ਉਹ ਸੇਵਾ ਸੰਦੀਪ ਸਿੰਘ ਆਈ ਤੇ ਨਹੀਂ ਕਰਨੀ, ਬਿਲਕੁਲ ਕਰਨੀ ਤੇ ਆਪ ਨੂੰ ਹੀ ਪੈਣੀ। ਬਿਲਕੁਲ ਬਿਲਕੁਲ ਭਾਜੀ, ਪਈਏ ਖਰਚੇ ਆ। ਹਾਂਜੀ ਹਾਂਜੀ, ਝੋਟੀ ਤੇ ਪਰ ਆਪਣਾ ਬਹੁਤ ਜ਼ਿਆਦੀ ਚੰਗੀ ਆ। ਹਾਂਜੀ, ਖਾਣਾ ਵੀ ਇਧਰਲੇ ਪਾਸਿਓਂ ਵੇਖੋ ਵਾਂਡ ਕਿੰਨੀ ਆ, ਇਸ ਪਾਸਿਓਂ ਵੇਖੋ ਗਾਲ ਲਈ ਵੀ ਤੇ ਪਛਾਲ ਲਈ ਵੀ, ਇਹ ਜ਼ਿਆਦੀ ਮਤਲਬ ਕਿ ਚੰਗੀ ਝੋਟੀ ਆ ਕੇ ਇਧਰੋਂ ਭਾਵ ਖਾ ਲਓ। ਆ ਦੇਖੋ ਜੀ, ਇਧਰ ਵੇਖੋ, ਇਧਰੋਂ ਵੇਖੋ, ਇਸ ਕਰਕੇ ਜੀ ਨੇ ਉਹਨਾਂ ਤੋਂ ਮੇਲ ਲੈ ਹੈ, ਮਤਲਬ ਕਿ ਗੱਲ ਤਾਂ ਪੋਲੀ ਰੂਆਂ ਨੂੰ ਨਾ ਹੋਗੀ, ਮੈਂ ਤੇ ਸੰਦੀਪ ਸਿੰਘ ਸਾਡੀ ਬਸ ਠੀਕ ਹੈ, ਚੋਣ ਚਵਾ ਦੀ ਇੱਕ ਨੰਬਰ ਦੀ। ਤੇ ਬਾਜੀ ਫਿਰ ਕੀ ਮਜੀ ਹੁੰਦੀ ਸੰਦੀਪ ਸਿੰਘ ਜੀ ਤੇ ਕਰਦਾ ਵਾ ਵੀ ਜਿਹੜੀ ਝੋਟੀ ਆ ਨਾ ਚੰਗੀ। ਹਾਂਜੀ,
ਤੇ ਮੁੱਲ 90 ਕਰੀਏ ਪਰ ਸੰਦੀਪ ਸਿੰਘ ਸਾਨੂੰ ਭਾਅ ਚ ਮਿਲੀ ਆ ਹਾਂਜੀ ਤੇ ਭਾਅ ਚ ਹੀ ਦੇ ਦੇਣੀ ਆ ਮੁੱਲ 80 70,000 ਆ ਦੇਖੋ ਜੀ ਪਿਓਰ ਨੀਲੀ ਵੇਜੀ ਆ ਜੀ ਸਾਰੇ ਨਿਸ਼ਾਨੀ ਆ ਚੁੱਕੇ ਆ ਜੀ ਤੇ ਆ ਦੇਖੋ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ 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 ਭਾਜੀ ਬਿਲਕੁਲ ਆ ਦੇਖੋ ਜੀ ਅੱਛਾ ਸੂਈ ਹੈ ਦੂਜਾ ਸੂਆ ਜੀ ਹਾਂਜੀ ਹਾਂਜੀ ਅੱਛਾ ਆ ਦੇਖੋ ਜੀ ਬਸ ਠੀਕ ਹੈ ਜੀ ਆ ਦੇਖੋ ਆ ਜੀ ਬੰਦ ਹੋ ਜੀ ਅਤੇ ਕੱਟਾ ਮਗਰ ਜਾਂਦੇ ਬਸ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਬਾਈ ਜੀ 9 ਕਿਲੋ ਤਿਆਰ ਹੈ ਜੀ ਆ ਦੇਖੋ ਪਰਸੋਂ ਸੂਈ ਆ ਦੇਖੋ ਠੀਕ ਹੈ ਜੀ ਹਾਂਜੀ ਹਾਂ ਬਿਲਕੁਲ ਠੀਕ ਹੈ ਆ ਦੇਖੋ ਜੀ ਬਿਲਕੁਲ ਜੀ ਬਿਲਕੁਲ ਕੱਟੀ ਜੀ ਆ ਦੇਖੋ ਤੇ ਭਾਜੀ ਫਿਰ ਇਹਦੀ ਕੀਮਤ ਹਾਂਜੀ ਹਾਂਜੀ ਦੇਖੋ ਜੀ ਬਹੁਤ ਚੰਗੀ ਮੱਝ ਹੈ ਨੀਲੀ ਦੀ ਪਿਓਰ ਹੈ ਜੀ ਆਹ ਦੇਖੋ ਆਹ ਦੇਖੋ ਆਹ ਦੇਖੋ ਪਰਾਲੀ ਪਾ ਲਓ ਆਹ ਪਾ ਲਓ ਚੱਕਰ ਪਾ ਲਓ ਸਭ ਦੱਬੀ ਜਾਂਦੀ ਹੈ ਵਾਹ ਜੀ ਟਾਈਮ ਲੈ ਜੂ ਹੈ ਜੀ ਆਹ 25 ਨੂੰ ਹੈ ਜੀ ਵਾਹ ਜੀ ਦੇਖੋ ਜਿੰਨਾ ਕਹਾ ਉਹਨਾਂ ਨੇ ਪਛਾਣ ਹੈ ਜੀ ਬਹੁਤ ਜ਼ਿਆਦਾ ਚੰਗੀ ਬਾ ਠੀਕ ਹੈ ਪੋਲੀ ਭੂਗਾ ਨੂੰ ਲੱਗਦਾ ਆ ਜੀ ਬਹੁਤ ਸੋਹਣੀ ਮੱਝ ਹੈ ਜੀ ਨੀਲੀ ਦੀ ਪਿਓਰ ਮੈਂ ਕੋਈ ਗੱਲ ਨਹੀਂ ਫਿਰ ਕੀ ਹੈ ਜੀ ਆਹ ਦੇਖੋ ਆ ਦੇਖੋ ਹਾਂਜੀ ਹਾਂ ਬਿਲਕੁਲ ਆ ਦੇਖੋ ਹਾਂਜੀ ਇਹਦੇ ਬਾਰੇ ਜੀ ਸੰਦੀਪ ਸਿੰਘ ਹਾਂ ਜਾਂ ਨਾ ਮਤਲਬ 75,000 ਦੇਣੀ ਆ 200 ਛੋੜ ਹੀ ਕਰਨੀ ਵਾਹ ਜੀ ਵਾਹ ਵਾਹ ਠੀਕ ਹੈ ਜੀ ਬਹੁਤ ਤਕੜੀ ਮੱਝ ਹੈ ਜੀ ਪਿਓਰ ਨੀਲੀ ਚ ਹੈ ਜੀ ਚੱਕ ਰਿਹਾ ਫੱਟੇ ਟਾਈਮ ਸਰੀ ਆ ਦੇਖੋ ਜੀ ਆ ਦੇਖੋ ਇਹ ਗੱਬਣਾ ਜੀ ਇਹ ਗੱਬਣਾ ਜੀ ਹਾਂਜੀ ਹਾਂਜੀ ਮਾਲ ਵੇ ਆਂਦੀ ਅੱਛਾ ਜੀ
बिलकुल रोक लेने हाँ जी अच्छा जी ठीक है जी हूं कि मतलब भाजी फिर क्वालिटी बड़ी सोहनी है हाँ जी पहली दिन पूरे वाह बहुत सोहनी मज है मिनी मज दो मिनी अज वाह देखो जाती घोड़ी अंग नहीं बिलकुल हाँ जी भाजी पचासी हजार ठीक है जी ठीक है गां फिर लिया है जी है गबन है जी हाँ जी अच्छा जी ठीक है जी ते ए गबन है सुई है जी दूजा सूगा जी हाँ जी इधर हाँ जी हाँ बराबर थान लाया ना जी गां अगले बड़े होने चाहिए जी अगले थान बड़े होने चाहिए बराबर आ देखो जी बिल्कुल सही गल है बिलकुल जी बिलकुल भाजी बिलकुल हाँ जी संदीप सर गां तो अं घट लें थोड़ा जहा डरने गां तो हाँ जी गां तो उतरा 35,000 की है फिर ਹੁਣ
ਉਹਦਾ ਨਾੜਾ ਨੂੰ ਦਾ ਬੜੀਆਂ ਚੱਡੇ ਹਾਂ ਦੇਖੋ ਹਾਂ ਬਾ 2000 ਦਾ ਲਓ ਹੈ ਜੀ ਇਹ 25 ਦੇ ਦਿਨ ਪੂਰੇ ਆ 25 ਦਿਨ ਪੂਰੇ ਆ ਇਹ ਵੀ ਚੱਲ चलो जी आ बाइया का पशु है जी फिर मेरे वीर इतने आके दो टाइम चुवाई करो पास कर ले आज भाजी एक महीना अच्छा जी ਉਹ 18-19 ਕਿਲੋ ਦੁੱਧ ਕੱਢਦੀ ਆ ਪਰ ਅਸੀਂ ਵੇਚਣੀ ਨਹੀਂ ਹਲੇ ਪਾਉਣੀ ਨਹੀਂ ਗੀ ਜਿੱਦਣ ਪੂਰੀ ਢੁੱਕੂਗੀ ਜਾਂ 20 ਕਿਲੋ ਦੁੱਧ ਅਸੀਂ 18-19 ਕਿਲੋ ਚੁਆ ਕੇ ਦੇਵਾਂਗੇ ਉਹ ਤਿਆਰ ਕਰਕੇ ਦਿਓ ਬਸ ਠੀਕ ਹੈ ਜੀ ਮਹੀਨਾ ਕੱਢਦੀ ਬਸ ਠੀਕ ਹੋਰ ਬਾਜੀ ਵਧੀਆ ਵਧੀਆ ਚੜ੍ਹਦੀ ਕਰਾ ਚਲੋ ਐਡਰੈਸ ਤੇ ਨੰਬਰ ਬੋਲ ਦਿਓ ਜੀ ਠੀਕ ਹੈ ਯਾਰ ਐਡਰੈਸ ਵੀ ਦੱਸ ਦੇ ਵੀ ਮਾਲ ਨੂੰ ਨਾ ਮਾੜਾ ਕਹੋ ਕਿਸੇ ਨੇ ਵੀ ਪਾਇਆ ਕਿਸੇ ਨੇ 10000 ਨਹੀਂ ਨਹੀਂ ਬਿਲਕੁਲ ਬਾਜੀ ਕਿ ਜੋ ਮਰਜ਼ੀ ਹੈ ਮਾਲ ਨਹੀਂ ਮਾੜਾ ਰੋਟੀ ਇਹਨਾਂ ਦੇ ਸਿਰੋਂ ਖਾਣੇ ਆ ਹਾਂਜੀ ਹਾਂਜੀ ਚਲੋ ਕੋਈ ਦੁੱਧ ਵੇਚ ਕੇ ਖਾਂਦਾ ਤਾਂ ਵੀ ਰੋਟੀ ਜਿੰਨਾ ਸਿਰੋਂ ਖਾਣੇ ਜੇ ਵਪਾਰ ਕਰਦਾ ਵਾ ਤੇ ਤਾਂ ਵੀ ਰੋਟੀ ਆਪਾਂ ਇਹਨਾਂ ਸਿਰੋਂ ਬਿਲਕੁਲ ਬਾਜੀ ਬਿਲਕੁਲ ਸਹੀ ਗੱਲ ਹੈ ਬਾਜੀ ਬਿਲਕੁਲ ਮੈਂ ਭਾਵੇਂ 10000 ਵਾਲੀ ਮੈਂ ਪਾਉਂਦਾ ਭਾਵੇਂ ਲੱਖ ਵਾਲੀ ਉਹ ਮੈਨੂੰ ਭਾਵ ਬਿਲਕੁਲ ਬਾਜੀ ਬਿਲਕੁਲ ਬਿਲਕੁਲ ਚਲੋ ਐਡਰੈਸ ਪਿੰਡ ਮੱਤੇਵਾਲ ਤਹਿਸੀਲ ਬੱਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਸੰਦੀਪ ਸਾਹਿਬ ਮੈਨੂੰ ਉਤਰਾ ਫੋਨ ਚਲੋ ਭੈਣ ਭਰਾ ਕੋਈ ਕਰੇ ਜ਼ਰੂਰ ਮੈਂ ਹਫ਼ਤਾ ਕੇ ਸੇਵਾ ਤੇ ਜਾਣਾ ਵਾ ਜ਼ਿਆਦਾ ਚਲੋ ਬੇਟੇ ਨੂੰ ਹੀ ਅੱਛਾ ਇਹਨਾਂ ਨੂੰ ਲਾਣ ਫੋਨ ਉਹ ਤਾਂ ਨੰਬਰ ਮੇਰਾ ਵੀ 88729 ਹਾਂਜੀ 6295 ਮੇਰਾ ਹੈਗਾ 8644999 ਕੋਈ ਗੱਲ ਨੀ ਬਾਜੀ ਕੋਈ ਨੀ ਜਰੂਰ ਜਰੂਰ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।